ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਦਾ ਬਹੁਤ ਬਹੁਤ ਵੈਲਕਮ ਹੈ JKM ਇੰਸਟੀਟਿਊਟ ਦੇ YouTube ਚੈਨਲ 'ਤੇ। ਮੇਰਾ ਨਾਮ ਹੈ ਜਸਪ੍ਰੀਤ ਅਤੇ ਅਸੀਂ ਕਰ ਰਹੇ ਹਾਂ ਪੰਜਾਬੀ ਦੀ ਲੈਕਚਰ ਲੜੀ। ਅੱਜ ਦੀ ਵੀਡੀਓ ਵਿੱਚ ਅਸੀਂ ਕਲਾਸ 12th ਦੀ 3rd ਪੋਇਮ ਜਿਹੜੀ ਹੈ ਉਹ ਡਿਸਕਸ ਕਰਾਂਗੇ, ਜਿਸ ਜੋ ਲਿਖੀ ਹੈ ਨੰਦ ਲਾਲ ਨੂਰਪੁਰੀ ਜੀ ਨੇ, ਅਤੇ ਪੋਇਮ ਦਾ ਨਾਮ ਹੈ ਚੁੰਮ ਚੁੰਮ ਰੱਖੋ। ਚੁੰਮ ਮੀਨਸ ਕਿਸ, ਯਾਨੀ ਕਿਸ ਕਿਸ ਕਰਕੇ ਰੱਖੋ। ਐਨੀਵੇਸ ਪੜ੍ਹਨਾ ਸ਼ੁਰੂ ਕਰਦੇ ਹਾਂ। 3 ਪੈਰਾਗ੍ਰਾਫ ਦੀ ਹੈ ਜਿਹੜੀ ਪੋਇਮ ਹੈ ਉਹ ਲਿਖਦੇ ਪੜ੍ਹਦੇ ਹਾਂ। ਅਤੇ ਜਿਹੜੇ ਨੰਦ ਲਾਲ ਨੂਰਪੁਰੀ ਜੀ ਨੇ, ਇਹਨਾਂ ਦਾ ਜਿੰਨਾ ਵੀ ਕੰਮ ਹੈ, ਰਾਈਟਰ ਬਾਰੇ ਦੱਸ ਦਿੰਦੀ ਹਾਂ, ਇਹਨਾਂ ਦਾ ਜਿੰਨਾ ਵੀ ਕੰਮ ਹੈ ਅਧਿਆਤਮਿਕ ਵੇ ਨਾਲ ਹੈ। ਔਰ ਇਹ ਜਿਹੜੀ ਕਵਿਤਾ ਹੈ ਮੈਨੂੰ ਲੱਗ ਰਿਹਾ ਬਿਲਕੁਲ ਸਹੀ ਟਾਈਮ 'ਤੇ ਹੈ, ਕਿਉਂਕਿ ਸ਼ਹੀਦੀ ਦਿਹਾੜੇ ਵੀ ਚੱਲ ਰਹੇ ਨੇ। ਅਤੇ ਪੜ੍ਹਨਾ ਸ਼ੁਰੂ ਕਰਦੇ ਹਾਂ। ਜੇਕਰ ਤੁਹਾਡੇ ਕੋਲ ਪ੍ਰਭਾਤ ਰਿਫਰੈਸ਼ਰ ਗਾਈਡ ਹੈਗੀ ਹੈ ਤਾਂ ਬਹੁਤ ਚੰਗੀ ਗੱਲ ਹੈ, ਉਹ ਤੁਹਾਨੂੰ ਕਾਫੀ ਹੈਲਪ ਕਰੇਗੀ। ਨੋਨ ਸਪੋਂਸਰਡ ਰਿਕਮੈਂਡੇਸ਼ਨ ਹੈ ਮੇਰੀ। ਅਤੇ ਦੂਜੀ ਗੱਲ, ਜੇਕਰ ਨਹੀਂ ਹੈ ਗਾਈਡ ਤਾਂ ਵੀ ਤੁਸੀਂ ਇਹ ਵੀਡੀਓ ਦੇਖ ਕੇ ਸਮਝ ਸਕਦੇ ਹੋ। ਜੇਕਰ ਵੀਡੀਓ ਅੱਛੀ ਲੱਗੀ ਤਾਂ ਕਮੈਂਟ ਸੈਕਸ਼ਨ ਵਿੱਚ ਮੈਨੂੰ ਜ਼ਰੂਰ ਦੱਸਣਾ, ਅਤੇ ਸਿਲੇਬਸ ਵਿੱਚ ਹੋਰ ਅਗਰ ਜੇ ਕੋਈ ਦਿੱਕਤ ਆ ਰਹੀ ਹੈ ਉਹ ਵੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ। ਅਤੇ ਸ਼ੁਰੂ ਕਰਦੇ ਹਾਂ। ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ, ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ। ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਉਣਗੇ, ਚੰਦਾ ਦਿਆਂ ਚਿਹਰਿਆਂ 'ਚੋਂ ਚੰਦ ਮੁਸਕਾਉਣਗੇ। ਵਿਹੜੇ ਵਿੱਚ ਠਾਠਾਂ ਮਾਰੋ ਖੁਸ਼ੀ ਸੰਸਾਰ ਦੀ, ਚੁੰਮ ਚੁੰਮ ਕੇ ਰੱਖੋ ਇਹ ਕਲਗੀ ਜੁਝਾਰ ਦੀ। ਅਤੇ ਸਾਨੂੰ ਫਸਟ ਪੈਰਾਗ੍ਰਾਫ ਪੜ੍ਹ ਕੇ ਆਈਡੀਆ ਲੱਗ ਰਿਹਾ ਕਿ ਇਹ ਜਿਹੜੀ ਕਵਿਤਾ ਹੈ ਇਹ ਕਿਸ ਟੋਪਿਕ ਨੂੰ ਟੱਚ ਕਰਦੀ ਹੈ। ਇਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਟੱਚ ਕਰਦੀ ਹੈ, ਅਤੇ ਸਾਨੂੰ ਸਾਰਿਆਂ ਨੂੰ ਪਤਾ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦੇ, ਅਤੇ ਉਸ ਤੋਂ ਰਿਲੇਟਡ ਇਹ ਪੋਇਮ ਹੈਗੀ ਹੈ। ਹੁਣ ਇਸ ਪੋਇਮ ਵਿੱਚ ਕੌਣ ਕਿਸ ਨੂੰ ਕੀ ਕਹਿ ਰਿਹਾ ਉਹ ਇਸਦੀ ਵਿਆਖਿਆ ਪੜ੍ਹਨੀ ਸ਼ੁਰੂ ਕਰਦੇ ਹਾਂ। ਇਹ ਕਾਵ ਟੋਟੇ ਵਿੱਚ ਕਵੀ ਕਹਿੰਦਾ ਹੈ ਕਿ ਮਾਤਾ ਗੁਜਰੀ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਦਸਤਾਰ ਉੱਪਰ ਸਜਾਉਣ ਵਾਲੀ ਕਲਗੀ ਨੂੰ ਚੁੰਮ ਕੇ ਰੱਖਣ ਲਈ ਆਖਦੀ ਹੈ, ਅਤੇ ਫੁੱਲਾਂ ਦੇ ਹਾਰ ਗੁਣਨ ਲਈ ਕਹਿੰਦੀ ਹੈ, ਕਿਉਂਕਿ ਸਾਹਿਬਜ਼ਾਦੇ ਜੰਗ ਦੇ ਮੈਦਾਨ ਵਿੱਚ ਵਾਪਸ ਆਉਣੇ ਹੀ ਵਾਲੇ ਹਨ। ਮਾਤਾ ਗੁਜਰੀ ਜੀ ਉਹਨਾਂ ਦੇ ਸਵਾਗਤ ਦੀ ਤਿਆਰੀ ਕਰ ਰਹੀ ਹੈ। ਉਹਨਾਂ ਨੂੰ ਯਕੀਨ ਹੈ ਕਿ ਜਦੋਂ ਦੋਵੇਂ ਸਾਹਿਬਜ਼ਾਦੇ ਜੰਗ ਦੇ ਮੈਦਾਨ ਵਿੱਚੋਂ ਜਿੱਤ ਕੇ ਆਉਣਗੇ ਅਤੇ ਉਹਨਾਂ ਦੇ ਚੰਨ ਵਰਗੇ ਚਿਹਰਿਆਂ 'ਤੇ ਖੁਸ਼ੀ ਚਲਕਾਰੇ ਮਾਰਦੀ ਹੋਵੇਗੀ, ਅਤੇ ਵਿਹੜੇ ਵਿੱਚੋਂ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ। ਇਸ ਲਈ ਉਹ ਆਪਣੇ ਪਿਆਰੇ ਪੋਤਰੇ ਜੁਝਾਰ ਦੀ ਕਲਗੀ ਨੂੰ ਚੁੰਮ ਕੇ ਰੱਖਣ ਲਈ ਕਹਿੰਦੀ ਹੈ। ਇਹ ਜਿਹੜੀ ਕਵਿਤਾ ਹੈ ਉਹ ਮਾਤਾ ਲਿਖੀ ਇਸ ਤਰੀਕੇ ਨਾਲ ਹੈ ਕਿ ਮਾਤਾ ਗੁਜਰੀ ਜੀ ਕੁਛ ਕਹਿ ਰਹੇ ਨੇ, ਇਸ 'ਚ ਰਾਈਟਰ ਦਾ ਕੁਛ ਨਹੀਂ ਹੈ। ਉਹ ਰਾਈਟਰ ਜਿਹੜਾ ਹੈ ਉਹ ਬਾਹਰ ਹੈ, ਅਤੇ ਮਾਤਾ ਗੁਜਰੀ ਜੀ ਕਹਿ ਰਹੀਆਂ ਨੇ, ਮਾਤਾ ਗੁਜਰੀ ਜੀ ਕਹਿ ਰਹੀ ਹੈ ਕਿ ਜਿਹੜਾ ਸਾਹਿਬਜ਼ਾਦਾ ਜੁਝਾਰ ਸਿੰਘ ਹੈ ਉਹ ਜੰਗ ਦੇ ਮੈਦਾਨ ਵਿੱਚ ਲੜਨ ਗਿਆ ਹੋਇਆ, ਅਤੇ ਉਹਨਾਂ ਨੂੰ ਦਾਦੀ ਨੂੰ ਪੱਕਾ ਵਿਸ਼ਵਾਸ ਹੈ ਕਿ ਉਹਨਾਂ ਦਾ ਜਿਹੜਾ ਪੋਤਰ ਹੈ ਉਹ ਜੰਗ ਦੇ ਮੈਦਾਨ ਤੋਂ ਜਿੱਤ ਕੇ ਆਏਗਾ। ਅਤੇ ਇਸ ਲਈ ਉਹ ਕਹਿੰਦੀ ਹੈ ਕਿ ਹੀਰਿਆਂ ਦਾ ਹਾਰ ਤਿਆਰ ਕਰਕੇ ਰੱਖੋ, ਅਤੇ ਉਹਦੀ ਕਲਗੀ ਜਿਹੜੀ ਹੈ ਪੱਗ ਦੇ ਉੱਤੇ ਲਾਉਣ ਵਾਲੀ ਜਿਹੜੀ ਕਲਗੀ ਹੈ ਉਹਨੂੰ ਸਾਂਭ ਕੇ ਰੱਖੋ, ਕਿਉਂਕਿ ਉਹਦਾ ਚਿਹਰਾ ਜਿਹੜਾ ਚੰਨ ਵਾਂਗੂ ਹੈ, ਅਤੇ ਉਹ ਜਦੋਂ ਜਿੱਤ ਕੇ ਆਏਗਾ ਜੰਗ ਦੇ ਮੈਦਾਨ ਤੋਂ ਉਹਦੇ ਵਾਸਤੇ ਉਹ ਤਿਆਰੀ ਕਰ ਰਹੇ ਨੇ ਕਿ ਉਹ ਆਉਣ ਵਾਲਾ। ਬਸ ਦੂਜਾ ਪੈਰਾਗ੍ਰਾਫ, ਕੂਲੇ ਕੂਲੇ ਹੱਥ ਕਿਰਪਾਨਾਂ ਵਿੱਚ ਗੋਰੀਆਂ, ਕੱਲ੍ਹ ਨੇ ਸਵੇਰੇ ਦੀਆਂ ਜੋੜੀਆਂ ਮੈਂ ਤੋਰੀਆਂ, ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਲ ਹੀ ਸਹਾਰਦੀ, ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰਦੀ। ਠੀਕ ਹੈ, ਸੈਕਿੰਡ ਪੈਰਾਗ੍ਰਾਫ ਹੈ। ਇਹ ਕਾਵ ਟੋਟੀ ਇਹਨਾਂ ਕਾਵ 17 ਵਿੱਚ ਮਾਤਾ ਗੁਜਰੀ ਜੀ ਕਹਿ ਰਹੇ ਹਨ ਕਿ ਉਹਨਾਂ ਨੇ ਸਵੇਰੇ ਸਵੇਰੇ ਆਪਣੇ ਦੋਵਾਂ ਵੱਡੇ ਪੋਤਰਿਆਂ ਦੇ ਨਰਮ ਨਰਮ ਹੱਥਾਂ ਵਿੱਚ ਚਮਕਦੀਆਂ ਤਲਵਾਰਾਂ ਦੇਖ ਕੇ ਜੰਗ ਦੇ ਮੈਦਾਨ ਵਿੱਚ ਸੋ ਰਿਹਾ। ਓਬਵੀਅਸਲੀ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਦੀ ਏਜ ਕਾਫੀ ਛੋਟੀ ਸੀ, ਅਤੇ ਉਹ ਜਿਹੜੀ ਉਮਰ ਹੈ ਉਹ ਖੇਡਣ ਦੀ ਉਮਰ ਹੈ, ਬਚਪਨਾ ਹੈ। ਬਟ ਉਹਨਾਂ ਨੇ ਬਚਪਨਾ ਨਹੀਂ ਆਪਣਾ ਇੰਜੋਏ ਕੀਤਾ, ਉਹਨਾਂ ਨੇ ਜੰਗ ਦੇ ਮੈਦਾਨ ਵਿੱਚ ਆਪਣਾ ਜਿਹੜਾ ਬਚਪਨ ਕੱਢਿਆ। ਅਤੇ ਉਹ ਕਹਿੰਦੀ ਉਹਨਾਂ ਦੇ ਹੱਥ ਕੂਲੇ ਕੂਲੇ, ਯਾਨੀ ਸੋਫਟ ਸੋਫਟ ਮਾਸੂਮੀਅਤ ਵਾਲੇ ਹੱਥ ਨੇ, ਬਟ ਉਹਨਾਂ ਦੇ ਹੱਥਾਂ ਵਿੱਚ ਹੁਣੇ ਹੀ ਉਹਨਾਂ ਨੇ ਸਵੇਰੇ ਤਲਵਾਰਾਂ ਦਿੱਤੀਆਂ ਨੇ। ਮੈਂ ਤਾਂ ਇੱਕ ਪਲ ਵੀ ਉਹਨਾਂ ਦਾ ਵਿਛੋੜਾ ਨਹੀਂ ਸਹਾਰ ਸਕਦੀ, ਅੱਜ ਵੱਡੇ ਸਾਹਿਬਜ਼ਾਦਾ ਦੀ ਕਲਗੀ ਨੂੰ ਚੁੰਮ ਕੇ ਰੱਖੋ। ਯਾਨੀ
दादी जेड़ी है इमोशनली पर्सनली दुनिया दी जिन्नी भी दादियां ने वो अपने बच्चियां नाल खास करके अपने ग्रैंड चिल्ड्रंस नाल बहुत ज़्यादा अटैच होंदियां ने। ते इत्थे दी दादी कहंदी है कि मैं एक पल भी उन्हां नूं सहारदी नहीं, सहारदी नहीं मीनस मतलब एक पल भी अपने तो दूर नहीं रखदी, मैनू इन्नी ज़्यादा उन्हां नाल अटैचमेंट है, बट मैनू सवेरे उन्हां नूं जंग ते जेड़ा भेजना पे है। थर्ड पैराग्राफ, कौड़ियां दे पोड़ जदों कन्ना सुने वजदे, वेखण नूं नैण आए बूहे वल भजदे, लू विच पिजी कौड़ी वेखी पुब्बा मारदी, चुम चुम रखो नी कलगी चुजारदी। इस दी व्याख्या पढ़ते हैं। इस काव टोटे विच कवि कहिंदा है कि जिवें ही कौड़े दे खुरां दी आवाज माता गुजरी जी नूं सुनाई दिंदी है, वह बार वल दौड़दे हन, यानी कि जदों उन्हां नूं कौड़े दी आवाज़ सुनाई दिंदी है वह दरवाजे वल जांदे ने। अपने पोतरियां नूं देखण लई वह बूहा दरवाजे तक आंदी है जांदी है, पर जदों वह खून नाल भिज्जी हुई कौड़ी नूं देखदी है तां जोर जोर रोण लग जांदी है, क्योंकि उन्हां नूं पता लग जांदा है कि उन्हां दे दोवें वड्डे साहिबजादे जंग दे मैदान विच शहीद हो चुके हन। हुण हुंदा की है कि दरवाजे ते कौड़ी ते आंदी है, बट उन्हां दे दोनों जिहड़े साहिबजादे ने उह नहीं आंदे, अते कौड़ी जिहड़ी है उह पूरी खून नाल भिज्जी हुई है। ਇਹ ਦੇਖ ਕੇ ਉਹਨਾਂ ਨੂੰ ਰਿਅਲਾਈਜ਼ ਹੋ ਜਾਂਦਾ ਕਿ ਉਹਨਾਂ ਦੇ ਦੋਨੋਂ ਸਾਹਿਬਜ਼ਾਦੇ ਵੱਡੇ ਪੋਤੇ ਜਿਹੜੇ ਦੋਨੋਂ ਨੇ ਉਹ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਨੇ। ਫੋਰਥ ਪੈਰਾਗ੍ਰਾਫ, ਲੱਗੇ ਹੋਏ ਕਾਠੀ ਉੱਤੇ ਲਹੂ ਨੇ ਇਹ ਦੱਸਿਆ, ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਾ ਵਸਿਆ, ਛੱਡ ਕੇ ਉਡੀਕ ਹੁਣ ਹੰਸਾ ਦੀ ਡਾਰ ਦੀ, ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰ ਦੀ। ਅਤੇ ਦਾਦਾ ਤੁਹਾਨੂੰ ਪਤਾ ਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਨੇ ਉਹਨਾਂ ਦੇ ਦਾਦਾ ਲੱਗੇ, ਅਤੇ ਇਹ ਦੇਖ ਕੇ ਉਹਨਾਂ ਨੂੰ ਰਿਅਲਾਈਜ਼ ਹੋ ਜਾਂਦਾ ਕਿ ਉਹਨਾਂ ਦੇ ਦੋਵੇਂ ਵੱਡੇ ਪੋਤੇ ਆਪਣੇ ਦਾਦੇ ਕੋਲ ਚਲੇ ਗਏ ਨੇ। ਅਤੇ ਬੜਾ ਹੀ ਜਿਹੜਾ ਨਾ ਸੈਂਸਿਟਿਵ ਟੋਪਿਕ ਉੱਤੇ ਇਹ ਕਵਿਤਾ ਹੈ। ਐਕਸਪਲੇਨੇਸ਼ਨ ਪੜ੍ਹਦੇ ਹਾਂ। ਇਸ ਕਾਵਿੰਦ ਵਿੱਚ ਕਵੀ ਆਖਦਾ ਹੈ ਕਿ ਘੋੜੇ ਦੀ ਕਾਠੀ ਉੱਪਰ ਲੱਗੇ ਖੂਨ ਤੋਂ ਇਹ ਸਾਫ਼ ਹੋ ਗਿਆ ਸੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਆਪਣੇ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲ ਚਲੇ ਗਏ ਹਨ, ਅਰਥਾਤ ਉਹ ਵੀ ਸ਼ਹੀਦੀ ਪ੍ਰਾਪਤ ਕਰ ਗਏ ਹਨ। ਇਸ ਲਈ ਹੁਣ ਸਾਹਿਬਜ਼ਾਦਿਆਂ ਦੇ ਆਉਣ ਦੀ ਉਡੀਕ ਛੱਡ ਦੇਣੀ ਚਾਹੀਦੀ ਹੈ। ਦਾਦੀ ਫਿਰ ਆਪਣੇ ਪੋਤਰਿਆਂ ਦੀ ਕਲਗੀ ਚੁੰਮ ਕੇ ਰੱਖਣ ਨੂੰ ਕਹਿ ਰਹੀ ਹੈ। ਸੋ ਇਹ ਸੀਗੀ ਕਵਿਤਾ ਚੁੰਮ ਚੁੰਮ ਰੱਖੋ। ਕਿਸ ਨੂੰ ਚੁੰਮ ਕੇ ਰੱਖਣਾ? ਕਲਗੀ ਨੂੰ। ਅਤੇ ਇਸ 'ਚ ਜਿਹੜੀ ਹੁਣ ਸਿਲੇਬਸ 'ਤੇ ਆ ਜਾਂਦੇ ਹਾਂ, ਇਸ 'ਚ ਜਿਹੜੀ ਹੈ ਨੰਨ ਲਾਲ ਨੂਰਪੁਰੀ ਨੇ ਮਾਤਾ ਗੁਜਰੀ ਜੀ ਦੇ ਪੁਆਇੰਟ ਆਫ ਵਿਊ ਨਾਲ ਇਹ ਜਿਹੜੀ ਇਹ ਕਵਿਤਾ ਲਿਖੀ ਹੈ ਕਿ ਕਿਵੇਂ ਉਹਨਾਂ ਨੂੰ ਅਟੈਚਮੈਂਟ ਹੈ, ਕਿਵੇਂ ਦਾਦੀ ਨੂੰ ਆਸ ਹੈ ਆਪਣੇ ਪੋਤਰਿਆਂ ਦੇ ਆਉਣ ਦੀ, ਬਟ ਉਹ ਨਹੀਂ ਆਉਂਦੇ ਅਤੇ ਕੀ ਰਿਜ਼ਲਟ ਨਿਕਲਦਾ। ਸੋ ਇਹ ਸੀਗੀ ਸਾਡੀ ਕਵਿਤਾ ਚੁੰਮ ਚੁੰਮ ਰੱਖੋ ਬਾਏ ਨੰਨ ਲਾਲ ਨੂਰਪੁਰੀ। ਜੇਕਰ ਵੀਡੀਓ ਅੱਛੀ ਲੱਗੇ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਮਿਲਦੇ ਹਾਂ ਨੈਕਸਟ ਵੀਡੀਓ ਨਾਲ, ਤਦ ਤੱਕ ਲਈ ਧੰਨਵਾਦ।